ਕੋਰੋਨਾ ਵਾਇਰਸ ਦੇ ਫੈਲ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਕਰਫਿਊ ਦੌਰਾਨ ਕਿਸਾਨਾਂ ਦੀ ਹਾੜੀ ਦੀ ਫਸਲ ਕਣਕ ਮੰਡੀ ਵਿੱਚ ਆਉਣਾ ਸ਼ੁਰੂ ਹੋ ਗਈ ਹੈ। ਇਸ ਮੌਕੇ ਪੱਤਰਕਾਰਾਂ ਦੀ ਟੀਮ ਦੇ ਨਾਲ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਸਾਨੂੰ 2-3 ਦਿਨ ਹੋ ਗਏ ਹਨ, ਸਾਡੀ ਫਸਲ ਨੂੰ ਵਕਾਉਣ ਵਾਲਾ ਕੋਈ ਨਹੀਂ ਪਹੁੰਚਿਆ। ਇੱਥੇ ਨਾ ਤਾਂ ਪੀਣ ਲਈ ਪਾਣੀ ਹੈ ਅਤੇ ਬਾਥਰੂਮਾਂ ਦੀ ਹਾਲਤ ਵੀ ਬਹੁਤ ਖਰਾਬ ਹੈ। ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮੰਡੀ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀ ਵਿੱਚ ਆਉਣ ਵਾਲੇ ਸਾਰੇ ਟਰੈਕਟਰ ਟਰਾਲੀਆਂ ਨੂੰ ਸੈਨੇਟਾਈਜ਼ ਵੀ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਲਈ ਇੱਕ ਵੱਖਰੀ ਟੈਂਕੀ ਸੈਨੇਟਾਈਜ਼ਰ ਦੀ ਰਖਾਈ ਗਈ ਹੈ। ਰਿਪੋਰਟ ਜਨ ਕਲਿਆਣ ਟੀਵੀ ਤੋਂ ਦਵਿੰਦਰ ਸਿੰਘ ਕੋਲੀ। ਹਰਵਿੰਦਰ ਸਿੰਘ ਬੁੜਲਾ ਜਦੋਂ ਕਿਸਾਨ, ਮੈਂ ਅੱਜ 5ਵੇਂ ਦਿਨ ਲਗਾਤਾਰ ਮੰਡੀ ਦੇ ਵਿੱਚ ਆ ਰਿਹਾ। ਨਾ ਤਾਂ ਇੱਥੇ ਪੀਣ ਵਾਲੇ ਆਰ ਓ ਦਾ ਪਾਣੀ ਦਾ ਪ੍ਰਬੰਧ ਹੈ ਬਿਲਕੁਲ, ਅਤੇ ਨਾ ਹੀ ਬਾਥਰੂਮ ਲੈਟਰੀਆਂ ਦੀ ਸਫਾਈ ਦਾ ਪੂਰਾ ਵੀ ਪ੍ਰਬੰਧ ਨਹੀਂ ਹੈਗਾ। ਮੇਰੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਇਹਦਾ ਸਫਾਈ ਦਾ ਅਤੇ ਪਾਣੀ ਦਾ ਪ੍ਰਬੰਧ ਜ਼ਰੂਰ ਕਰਵਾਇਆ ਜਾਵੇ। ਕਰਤਾਰ ਸਿੰਘ, ਅਮਰਜੀਤ ਸਿੰਘ ਬੁਲਾਡਾ। ਇੱਥੇ ਮਾਰਕੀਟ ਕਮੇਟੀ ਵੱਲੋਂ ਸੈਨੇਟਾਈਜ਼ਰ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੋਇਆ ਅਤੇ ਮੰਡੀਆਂ ਦੇ ਕਣਕਾਰੀ ਹੈ, ਹਰੇਕ ਟਰਾਲੀਆਂ ਨੂੰ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ ਅਤੇ ਸਾਰਾ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਹੈ। ਪਰ ਜਿਹੜਾ ਬਾਥਰੂਮ ਅਤੇ ਇਹਨਾਂ ਦਾ ਹੈਗਾ ਪ੍ਰੋਗਰਾਮ, ਉਹ ਨਹੀਂ ਇਹਨਾਂ ਵੱਲੋਂ ਕੀਤਾ ਜਾ ਰਿਹਾ ਸਾਰਾ। ਬਾਕੀ ਠੀਕ ਚੱਲ ਰਿਹਾ, ਸੈਨੇਟਾਈਜ਼ਰ ਵਗੈਰਾ ਅਤੇ ਹੋਰ ਸਫਾਈ ਦਾ ਕੰਮ ਠੀਕ ਚੱਲ ਰਿਹਾ। ਮੇਰਾ ਨਾਮ ਜੈਨਾਰਾਮ ਹੈ ਜੀ। ਤੁਸੀਂ ਜਿਹੜਾ ਵੀ ਮੰਡੀ 'ਚ ਬੰਦਾ ਕਿਸਾਨ ਟਰੈਕਟਰ ਲੈ ਕੇ, ਤੁਸੀਂ ਉਹਨੂੰ ਕੀ ਸੈਨੇਟਾਈਜ਼ ਕਰ ਰਹੇ ਹੋ? ਹਾਂਜੀ, ਮੈਂ ਉਹਨਾਂ ਨੂੰ ਜਿੱਦਾਂ ਕੋਈ ਮੰਡੀ 'ਚੋਂ ਟਰੈਕਟਰ ਆ ਰਿਹਾ ਕਣਕ ਦਾ ਭਰ ਕੇ, ਉਹਨੂੰ ਸੈਨੇਟਾਈਜ਼ ਕਰਦਾ, ਜਾਂ ਕੋਈ ਹੋਰ ਕੋਈ ਮੋਟਰਸਾਈਕਲ ਵਗੈਰਾ ਕੋਈ ਵਹੀਕਲ ਆ ਰਿਹਾ ਉਹਨੂੰ ਸੈਨੇਟਾਈਜ਼ ਕਰ ਰਿਹਾ। ਪ੍ਰਸ਼ਾਸਨ ਵੱਲੋਂ ਹੋਰ ਕੀ ਪ੍ਰਬੰਧ ਕੀਤੇ ਹੋਏ ਨੇ? ਪ੍ਰਸ਼ਾਸਨ ਵੱਲੋਂ ਜੀ ਇੱਕ ਹੱਥ ਧੋਣ ਵਾਲਾ ਸੈਨੇਟਾਈਜ਼ਰ ਉਹ ਰੱਖਿਆ ਵੀ ਟੈਂਕੀ ਜੀ, ਉੱਥੇ ਹੱਥ ਧੋਣ ਵਾਲੀ ਟੈਂਕੀ ਹੈ ਜੀ, ਉਹ ਮਹਿਕਮੇ ਵੱਲੋਂ ਲੱਗੀ ਹੋਈ, ਮਾਰਕੀਟ ਕਮੇਟੀ ਵੱਲੋਂ ਜੀ, ਉਹ ਹੱਥ ਧੋਣ ਵਾਲੀ। ਪ੍ਰਬੰਧ ਕੀਤੇ ਹੋਏ ਨੇ ਜੀ ਕਣਕਾਂ ਨੂੰ? ਮਾਰਕੀਟ ਕਮੇਟੀ ਵੱਲੋਂ ਮੰਡੀਆਂ ਵਿੱਚ ਬਿਜਲੀ ਪਾਣੀ ਸਾਰ ਦੇ ਜਿਹੜੇ ਪ੍ਰਬੰਧ ਆ ਸਾਰੇ ਮੁਕੰਮਲ ਕੀਤੇ ਗਏ ਨੇ। ਔਰ ਕੋਰੋਨਾ ਦੀ ਰੋਕਥਾਮ ਦੀ ਵਜ੍ਹਾ ਵਜੋਂ ਮੰਡੀ ਹੋ ਗਈ ਰਾਇਤਾਂ ਅਨੁਸਾਰ ਗੇਟਾਂ 'ਤੇ ਮਾਸਕ ਸਨ ਹੱਥ ਧੋਣ ਲਈ, ਔਰ ਮੰਡੀਆਂ ਨੂੰ ਸੈਨੇਟਾਈਜ਼ਰ ਜਾਂ ਆਉਣ ਜਾਣ ਵਾਲੀ ਟਰਾਲੀ ਨੂੰ ਸੈਨੇਟਾਈਜ਼ਰ ਕਰਨ ਲਈ ਸਪਰੇਅ ਦਾ ਪ੍ਰਬੰਧ ਕੀਤਾ ਗਿਆ, ਜੋ ਕੀਤੀ ਜਾ ਰਹੀ ਹੈ। ਬਾਕੀ ਜਿਹੜੀਆਂ ਸਾਰੀਆਂ ਮੰਡੀਆਂ ਵਿੱਚ ਹੈ ਖਰੀਦ ਸ਼ੁਰੂ ਹੋ ਚੁੱਕੀ ਹੈ, ਖਰੀਦ ਦਾ ਪ੍ਰਬੰਧ ਹੈ ਜਿਹੜਾ ਉਹ ਠੀਕ ਚੱਲ ਰਿਹਾ ਹੈ। ਜਿਵੇਂ ਜਿਵੇਂ ਮਤਲਬ ਕਿਸਾਨ ਕੁੱਪਰਾਂ ਜਿਹੜੇ ਉਹ ਜਨਰੇਟ ਕੀਤੇ ਜਾਂਦੇ ਹੈ, ਨਾਲ ਦੀ ਨਾਲ ਆੜਤੀਆਂ ਮੁਹੱਈਆ ਕਰਵਾ ਦਿੱਤੇ ਜਾਂਦੇ ਹਨ, ਆੜਤੀ ਮਤਲਬ ਕਿਸਾਨ ਜਿਹਨਾਂ ਨੂੰ ਕੁੱਪਣ ਦੇ ਰਹੇ ਨੇ, ਅਤੇ ਉਹ ਕੁੱਪਣਾਂ ਦੇ ਹਿਸਾਬ ਨਾਲ ਜਿਹੜੀ ਕਣਕ ਮੰਡੀਆਂ ਵਿੱਚ ਆ ਰਹੀ ਹੈ ਅਤੇ ਜਿਹੜਾ ਪ੍ਰਬੰਧ ਹੈ ਉਹ ਠੀਕ ਚੱਲ ਰਿਹਾ। ਸਰ, ਇੱਕ ਉਰੇ ਸਫਾਈ ਦਾ ਪ੍ਰਬੰਧ ਨਹੀਂ ਬਲਾਡਾ ਮਾਰ ਯੂਰੀ ਯਾਰਡ 'ਚ ਜੀ, ਉਹਦੇ ਸੰਬੰਧ 'ਚ? ਯੂਰੀ ਯਾਰਡ ਵਿੱਚ ਸਫਾਈ ਦਾ ਪ੍ਰਬੰਧ ਪੂਰਾ ਹੈ, ਜੇ ਕੋਈ ਬੰਦਾ ਕਈ ਵਾਰੀ ਸਫਾਈ ਵਾਲਾ ਆਪਣਾ ਪੂਰਾ ਹੋ ਜਾਂਦਾ, ਉਹਨਾਂ ਨੂੰ ਅਸੀਂ ਐਡਰੈਸ ਜਾਰੀ ਕਰ ਦਿੰਦੇ ਹਾਂ, ਉਹ ਤੁਰੰਤ ਕਰਵਾ ਦਿੱਤੀ ਜਾਵੇ।